ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ ਮੈਂ ਹਰਪ੍ਰਮਿੰਦਰ ਕੌਰ ਪਹਿਲਾ ਪੇਜ ਨੇ ਚੁੰਮੀਆਂ ਖਬਰਾਂ ਕੇਂਦਰੀ ਖਜ਼ਾਨਾ ਮੰਤਰੀ ਨਰਮਲਾ ਸੀਤਾਰਮਨ ਨੇ ਪਹਿਲਾ ਡਿਜੀਟਲ ਕੇਂਦਰੀ ਬਜਟ ਪੇਸ਼ ਕੀਤਾ ਜਿਸ ਚ ਆਤਮ ਨਿਰਭਰ ਭਾਰਤ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਬਜਟ ਲੋਕਾਂ ਸੰਤਾਂ ਪੂੰਜੀਕਾਰੀਆਂ ਤੇ ਬੁਨਿਆਦੀ ਢਾਂਚਾ ਖੇਤਰ ਚ ਹਾਂ ਪੱਕੀ ਬਦਲਾ ਲਿਆਵੇਗਾ ਕਿਆ ਪਿੰਡ ਅਤੇ ਕਿਸਾਨ ਬਜਟ ਦੇ ਕੇਂਦਰ ਬਿੰਦੂ ਨੇ ਖੇਤੀ ਖੇਤਰ ਨੂੰ ਹੱਲਾਸ਼ੇਰੀ ਦੇਣ ਲਈ ਖੇਤੀ ਕਰਜ਼ਿਆਂ 'ਚ 16 ਲੱਖ ਕਰੋੜ ਰੁਪਏ ਤੱਕ ਦਾ ਵਾਅਦਾ ਯਕੀਨੀ ਬਣਾਇਆ ਗਿਆ ਬਜਟ ਵਿੱਚ ਸੇਤ ਖੇਤਰ ਲਈ 137% ਦੇ ਵਾਧੇ ਨਾਲ 223000 ਕਰੋੜ ਰੁਪਏ ਤੋਂ ਵੱਧ ਦੀਆਂ ਰਕਮਾਂ ਰੱਖੀਆਂ ਗਈਆਂ ਰੱਖਿਆ ਅਤੇ ਨੀਤੀਕਰਨ ਨੂੰ ਇਤਿਹਾਸਿਕ ਹੱਲਾਸ਼ੇਰੀ ਦੇਣ ਲਈ ਪੂੰਜੀਗਤ ਖਰਚਿਆਂ 'ਚ ਤਕਰੀਬਨ 19% ਦਾ ਵਾਧਾ ਕੀਤਾ ਗਿਆ ਵਕੋ ਵਕਰੇ ਆਗੂਆਂ ਤੇ ਆਰਥਿਕ ਮਾਹਿਰਾਂ ਨੇ ਬਜਟ ਦੀਸ਼ ਲਾਗਾ ਕਰਦੇ ਇਸ ਨੂੰ ਸਹੀ ਦਿਸ਼ਾ 'ਚ ਚੁੱਕਿਆ ਗਿਆ ਕਦਮ ਦੱਸਿਆ 1971 ਦੀ ਜੰਗ ਦੌਰਾਨ ਪਾਰਟੀ ਜਵਾਨਾਂ ਦੀ ਬਹਾਦਰੀ ਨੂੰ ਦਰਸਾਉਂਦੀ ਸਵਰਨਮ ਵਿਜੇ ਮਿਸਾਲ ਯਾਤਰਾ ਦਿੱਲੀ ਤੋਂ ਪੰਜਾਬ ਪੁੱਜੀ ਵੀਰ ਨਾਇਕਾਂ ਤੇ ਸਾਬਕਾ ਫੌਜੀਆਂ ਨੇ ਜੰਗੀ ਮੋਰਚੇ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ ਸ਼ਨੀਵਾਰ ਤੋਂ ਰਾਸ਼ਟਰਪਤੀ ਪਮਨਿਕਵਾਰ ਫੇਰ ਆਮ ਲੋਕਾਂ ਦੇ ਦਾਖਲੇ ਲਈ ਖੁੱਲ ਜਾਵਿਕਾ ਹੁਣ ਖਬਰਾਂ ਵਿਸਥਾਰ ਨਾਲ ਕੇਂਦਰੀ ਖਜ਼ਾਨਾ ਮੰਤਰੀ ਨਰਮਲਾ ਸੀਤਾਰਮਨ ਨੇ ਬਜਟ ਅਨੁਮਾਨਜ ਪੂੰਜੀਗਤ ਬਜਟ ਵਿੱਚ ਭਾਰੀ ਬਾਤ ਦੇ ਪ੍ਰਸਤਾਵ ਦਿੱਤੇ ਸੇਲੀ 5.54 ਹਜ਼ਾਰ ਕਰੋੜ ਰੁਪਏ ਦੀਆਂ ਰਕਮਾਂ ਰੱਖੀਆਂ ਗਈਆਂ ਨੇ ਜੋ 2021 ਦੇ ਬਜਟ ਅਨੁਮਾਨ ਤੋਂ 34.5% ਵਧ ਹੈ ਸੜਕ ਅਤੇ ਕੌਮੀ ਸ਼ਾ ਮਾਰਗਾਂਾਂ ਦੇ ਵਿਕਾਸ ਲਈ ਬਜਟ ਪ੍ਰਸਤਾਵਾਂ ਵਿੱਚ ਨਵੇਂ ਆਰਥਿਕ ਲਾਂਘੇ ਬਣਾਉਣ ਦਾ ਐਲਾਨ ਕੀਤਾ ਗਿਆ ਖਜ਼ਾਨਾ ਮੰਤਰੀ ਨੇ ਆਖਿਆ ਕਿ ਤਾਮਿਲਨਾਡੂ ਚ 3500 ਕਿਲੋਮੀਟਰ ਲੰਬੇ ਕੌਮੀ ਸ਼ਾ ਮਾਰਗਾਂ ਦਾ ਨਿਰਮਾਣ ਕੀਤਾ ਜਾਵੇਗਾ ਇਸ ਲਈ 1.3 ਹਜ਼ਾਰ ਕਰੋੜ ਰੁਪਏ ਰੱਖੇ ਗਏ ਉਨਾ ਦੱਸਿਆ ਕਿ ਕੇਰਲ ਚ ਮੁੰਬਈ ਕਨਿਆ ਕੁਮਾਰੀ ਲੰਘੇ ਦੇ 6000 ਕਿਲੋਮੀਟਰ ਲੰਬੇ ਸੈਕਸ਼ਨ ਸਮੇਤ 65000 ਕਰੋੜ ਰੁਪਏ ਦੀ ਪੂੰਜੀਕਾਰੀ ਨਾਲ ਕੇਰਲ ਸੂਬੇ ਚ 1100 ਕਿਲੋਮੀਟਰ ਲੰਬੇ ਕੌਮੀ ਸ਼ਾ ਮਾਰਗ ਦਾ ਨਿਰਮਾਣ ਕੀਤਾ ਜਾਪੇਗਾ। ਉਨਾ ਕਿਹਾ ਕਿ ਪੱਛਮੀ ਬੰਗਾਲ ਚ ਮੌਜੂਦਾ ਸੜਕ ਕੋਲਕਾਤਾ ਸਿਲੀ ਗੁੜੀ ਦੇ ਵਿਸਥਾਰ ਅਤੇ ਮੋੜ ਨਿਰਮਾਣ ਸਮੇਤ 25000 ਕਰੋੜ ਰੁਪਏ ਦੀ ਲਾਗਤ ਨਾਲ 675 ਕਿਲੋਮੀਟਰ ਲੰਬੇ ਸ਼ਾ ਮਾਰਗਾਂ ਦਾ ਨਿਰਮਾਣ ਪੂਰਾ ਕੀਤਾ ਜਾਪੇਗਾ। to deliver for most vulnerable sections of our society, the poorest of the poor, the Dalits, the tribals, the elderly, the migrant workers and our children. The Pradhan Mandri, Garib Kalyan Yojana, the three Atmanirbar packages and announcements made later were like five mini-budgets in themselves. The Atmanirbar packages accelerated our pace of structural reforms. Redefinition of MSMEs, commercialization of the mining sector, agriculture and labor reforms, privatization of public sector undertakings, one nation, one ration card. Product ਬਜਟ ਵਿੱਚ ਸਿਹਤ ਖੇਤਰ ਲਈ 137% ਦੇ ਵਾਧੇ ਨਾਲ 223000 ਕਰੋੜ ਰੁਪਏ ਤੋਂ ਵੱਧ ਦੀਆਂ ਰਕਮਾਂ ਰੱਖੀਆਂ ਗਈਆਂ ਨੇ ਇਸ ਬਜਟ ਵਿੱਚ ਸਿਹਤ ਅਤੇ ਕਲਿਆਣ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ ਖਜ਼ਾਨਾ ਮੰਤਰੀ ਨੇ ਕਿਹਾ ਕਿ ਸੇ ਦਿੱਲੀ ਵਿਆਪਕ ਦ੍ਰਿਸ਼ਟੀਕੋਨ ਨੂੰ ਅਪਣਾਉਂਦੇ ਹੋਏ ਨਿਵਾਰਕ ਉਪਚਾਰਾਤਮਕ ਸੁਧਾਰਾਤਮਕ ਤੇ ਕਲਿਆਣ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ ਕਿਸਾਨਾਂ ਨੂੰ ਲੋੜੀਂਦੇ ਕਰਜ਼ੇ ਮੁਹੱਈਆ ਕਰਉਣ ਲਈ ਸਰਕਾਰ ਨੇ ਅਗਲੇ مالی ਸਾਲ ਦੇ ਖੇਤੀਬਾੜੀ ਕਰਜ਼ੇ ਦੇ ਟੀਚੇ ਨੂੰ ਵਧਾ ਕੇ 16 ਲੱਖ ਕਰੋੜ ਰੁਪਏ ਕਰ ਦਿੱਤੇ ਜਿਸ ਨਾਲ ਪਸ਼ੂ ਪਾਲਣ ਡੇਰੀ ਅਤੇ ਮੱਛੀ ਪਾਲਣ ਦੇ ਖੇਤ ਇਹ ਚ ਵੱਧ ਰਕਮ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ ਸਰਕਾਰ ਨੇ ਪਿੰਡੂ ਬੁਨਿਆਦੀ ਢਾਂਜਾ ਵਿਕਾਸ ਫੰਡ ਨੂੰ 30000 ਕਰੋੜ ਰੁਪਏ ਤੋਂ ਵਧਾ ਕੇ 40000 ਕਰੋੜ ਰੁਪਏ ਕਰ ਦਿੱਤਾ ਹੈ ਆਪਰੇਸ਼ਨ ਗ੍ਰੀਨ ਸਕੀਮ ਦੇ ਕੇਰੇ ਨੂੰ ਵਧਾ ਕੇ ਇਸ ਚ ਟਮਾਟਰ ਪਿਆਜ਼ ਅਤੇ ਆਲੂ ਤੋਂ ਇਲਾਵਾ 22 ਹੋਰ ਛੇਤੀ ਖਰਾਬ ਹੋਣ ਵਾਲੇ ਉਤਪਾਦਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਸਰਕਾਰ ਨੇ ਖੇਤੀ ਬਾਜ਼ਾਰ ਚ ਪਾਰਦਰਸ਼ਤਾ ਤੇ ਮੁਕਾਬਲੇ ਬਾਜ਼ੀ ਨੂੰ ਯਕੀਨੀ ਬਣਾ ਲਈ 1000 ਹੋਰ ਮੰਡੀਆਂ ਨੂੰ ਈ ਨਮਨਲ ਜੋੜਨ ਦਾ ਫੈਸਲਾ ਲਿਆ ਹੈ ਖੇਤੀ ਬੜੀ ਬੁਨਿਆਦੀ ਢਾਂਜਾ ਫੰਡ ਰਾਹੀਂ APMC ਨੂੰ ਉਹਨਾਂ ਦੀਆਂ ਬੁਨਿਆਦੀ ਨਦੀ ਟਾਂਚਸ ਬੰਦੀ ਸਹੂਲਤਾਂ ਬਦੌਨਲੀ ਰਕਮਾਂ ਉਪਲਬਧ ਕਰਵਾਈਆਂ ਜਾਣਗੀਆਂ ਜਲ ਜੀਵਨ ਮਿਸ਼ਨ ਸ਼ਹਿਰੀ ਦੇ ਤਹਿਤ 4378 ਸ਼ਹਿਰੀ ਸਥਾਨਿਕ ਸੰਸਥਾਵਾਂ ਨੂੰ ਅਗਲੇ 5 ਸਾਲਾਂ ਦੌਰਾਨ 22.86 ਕਰੋੜ ਰਾਂਚ ਟੂਟੀ ਬੱਲਾ ਪਾਣੀ ਮੁਹਈਆ ਕਰਾਉਣ ਦੇ ਉਪਰਾਲੇ ਕੀਤੇ ਜਾਣਗੇ ਜਿਸ ਤੇ 287000 ਕਰੋੜ ਰੁਪਏ ਖਰਚ ਹੋਣਗੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਅਗਲੇ مالی ਸਾਲ ਦਾ ਬਜਟ ਲੋਕਾਂ, ਸੰਤਾਂ, ਪੂੰਜੀਕਾਰੀਆਂ ਤੇ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਹਾਂ ਪੱਖੀ ਬਦਲਾਅ ਲਿਆ ਪੀਕਾ। ਉਨ੍ਹਾਂ ਕਿਹਾ ਕਿ ਪਿੰਡ ਤੇ ਕਿਸਾਨ ਬਜਟ ਦੇ ਕੇਂਦਰ ਬਿੰਦੂ ਨੇ, ਉਨ੍ਹਾਂ ਇਸ ਬਜਟ ਨੂੰ ਇਤਿਹਾਸਕ ਦੱਸਦੇ ਹਨ ਕਿ ਕਿ ਇਸ ਬਜਟ ਨੂੰ ਆਤਮ ਨਿਰਭਰਤਾ ਦੇ ਦ੍ਰਿਸ਼ਟੀਕੋਣ ਨਾਲ ਦੇਖਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਹਤ ਅਤੇ ਾਰੋਗਿਆ ਤੇ ਆਧਾਰਿਤ ਇਸ ਬਜਟ ਨਾਲ ਸਭ ਦਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਬਜਟ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਚ ਨਵੇਂ ਬਦਲ ਰੱਖੇਗੇ ਨੇ ਜਿਸ ਨਾਲ ਦੇਸ਼ ਵਿੱਚ ਵਿਕਾਸ ਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਚ ਸਹਾਇਤਾ ਮਿਲੇਗੀ ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਔਰਤਾਂ ਦੇ ਜੀਵਨ ਨੂੰ ਬਿਹਤਰ ਅਤੇ ਸੁਖਾਲਾ ਬਣਾਉਣ ਲਈ ਕਈ ਨੁਕਤੇ ਸੁਝਾਏ ਗਏ ਨੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਜਟ ਵਿੱਚ ਬੁਨਿਆਦੀ ਢਾਂਚੇ ਦੀ ਵਿਕਾਸ ਅਤੇ ਐਮ ਐਸ ਐਮਈ ਸੰਤਮਲ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਗਿਆ ਹੈ ਉਨਾ ਕਿਹਾ ਕਿ ਅਜੰਨ ਸਨਤਾਂ ਲਈ ਬਜਟ ਪਿਛਲੇ ਸਾਲ ਦੇ ਮੁਕਾਬਲੇ ਦੁੱਗਣਾ ਕਰ ਦਿੱਤਾ ਗਿਆ ਪ੍ਰਧਾਨ ਮੰਤਰੀ ਨੇ ਆਖਿਆ ਕਿ ਬਜਟ ਆਤਮ ਨਿਰਪਰਵਾਰਦੀ ਦੇਸ਼ਾ 'ਚ ਅੱਗੇ ਵਧਣ ਵਾਲਾ ਸਾਬਿਤ ਹੋਵੇਗਾ ਇਸ ਨਾਲ ਹਰੇਕ ਨਾਗਰਿਕ ਤਰੱਕੀ ਦੀ ਰਾਹ ਵੱਲ ਵਧ ਸਕੇਗਾ ਉਨਾ ਕਿਹਾ ਕਿ ਚਨੀਮਾ ਤੇ ਟਾਂਕ ਤਰੀਕਿਆਂ ਨੂੰ ਸੁਖਾਲਾ ਬਣਾ ਕੇ ਆਮ ਲੋਕਾਂ ਦੇ ਜੀਵਨ ਨੂੰ ਸੌਖਾ ਬਣਾਉਣ ਤੇ ਜ਼ੋਰ ਦਿੱਤਾ ਗਿਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਹਮੇਸ਼ਾ ਬਜਟ ਨੂੰ ਪਾਰਦਰਸ਼ੀ ਬਣਾਉਣ ਦਾ ਯਤਨ ਕੀਤਾ ਹੈ 2021 ਦਾ ਬਜਟ असाधारण परिस्थितियों के बीच पेश किया गया है इसमें यथार्थ का एहसास भी और विकास का विश्वास भी है कोरोना ने दुनिया में जो प्रभाव पैदा किया उसने पूरी मानव जाति को हिलाकर रख दिया इन परिस्थितियों के बीच आज का बजट भारत के आत्मविश्वास को उजागर करने वाला है और साथ ही दुनिया में एक नया आत्मविश्वास भरने वाला है आज के बजट में आत्मनिर्भरता का विजन भी है और हर नागरिक हर वर्ग का समावेश भी है ਬਜਟ ਵਿੱਚ ਰੱਖਿਆ ਖਰਚ ਵਿੱਚ 18.75 ਫੀਸਦੀ ਦੇ ਵਾਧੇ ਨੂੰ ਇਤਿਹਾਸਿਕ ਦੱਸਦੇ ਹਟ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਸ ਨਾਲ ਦੇਸ਼ ਦੇ ਰੱਖਿਆ ਤਾਣੇ ਬਾਣੀ ਨੂੰ ਆਧੁਨਿਕੀਕਰਨ ਦੀ ਦਿਸ਼ਾ 'ਚ ਲਿਜਾਣ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਰੱਖਿਆ ਖਰਚ ਉਸ ਪਿਛਲੇ 15 ਸਾਲਾਂ 'ਚ ਸਭ ਤੋਂ ਵੱਡਾ ਵਾਧਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੱਖਿਆ ਬਜਟ ਨੂੰ ਵਧਾ ਕੇ 478000 ਕਰੋੜ ਰੁਪਏ ਕਰਨ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਖਜ਼ਾਨਾ ਮੰਤਰੀ ਨਰਮਲਾ ਸੀਤਾ ਰਮਨ ਦਾ ਤਾਣ-ਬਾਤ ਕੀਤਾ। ਉਨ੍ਹਾਂ ਕਿਹਾ ਕਿ ਬਜਟ ਵਿੱਚ ਆਰਥਿਕ ਸੁਧਾਰਾਂ, ਰੋਜ਼ਗਾਰ ਦੇ ਮੌਕੇ ਵਿਕਾਸ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਵਿਸ਼ੇਸ਼ ਤੇ ਅੰ ਦਿੱਤਾ ਗਿਆ ਰੱਖਿਆ ਮੰਤਰੀ ਨੇ ਕਿਹਾ ਕਿ ਬਜਟ ਭਾਰਤ ਨੂੰ ਵਿਕਾਸ ਅਤੇ ਖੁਸ਼ਹਾਲੀ ਦੇ ਨਵੇਂ ਦੌਰ ਵਿੱਚ ਲੈ ਕੇ ਜਾਵੇਗਾ ਉਨ੍ਹਾਂ ਇਸ ਗੱਲ ਤੇ ਖੁਸ਼ੀ ਪ੍ਰਗਟਾਈ ਕਿ ਬਜਟ ਵਿੱਚ 100 ਨਵੇਂ ਸੈਰਿੰਗ ਸਕੂਲ ਖੋਲਣ ਦਾ ਪ੍ਰਸਤਾਵ ਰੱਖਿਆ ਗਿਆ ਹੈ ਇਹ ਸਕੂਲ ਸੂਬਿਆਂ ਗੈਰ ਸਰਕਾਰੀ ਸੰਗਠਨਾ ਤੇ ਨਿੱਜੀ ਆਦਾਰਿਆਂ ਦੀ ਭਾਈਵਾਲੀ ਨਾਲ ਖੁੱਲੇ ਜਾਣਗੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਪ ਦੇਕਰ ਨੇ ਕਿਹਾ ਕਿ ਬਜਟ ਸਮਾਜ ਦੇ ਸਾਰੇ ਵਰਗਾਂ ਦੀਆਂ ਆਸਾਂ ਤੇ ਉਮੀਦਾਂ ਨੂੰ ਪੂਰਾ ਕਰਦਾ ਹੈ ਨੀਤੀ ਆਯੋਗ ਦੇ ਮੁਖ ਕਾਰਜਕਾਰੀ ਅਧਿਕਾਰੀ ਅਮਿਤਪ ਕਾਂਤ ਨੇ ਬਜਟ ਦੀ ਛਾਗਾ ਕੀਤੀ ਅਤੇ ਇਸ ਨੂੰ ਆਮ ਆਦਮੀ ਲਈ ਆਰਥਿਕ ਪੱਖੋਂ ਚੰਗਾ ਦੱਸਦਿਆਂ ਕਿਹਾ ਕਿ ਇਸ ਬਜਟ ਵਿੱਚ ਟੈਕਸ ਬੰਦੀ ਕਿਸੇ ਨਵੇਂ ਮਤੇ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਜੋ ਇਸ ਨਾਲ ਟੈਕਸ ਦੇਣ ਵਾਲਿਆਂ ਨੂੰ ਆਪਣੇ ਖਰਚ ਨੂੰ ਲੈ ਕੇ ਕੋਈ ਬਹੁਤਾ ਉਲਟ ਫੇਰ ਕਰਨ ਦੀ ਲੋੜ ਨਹੀਂ ਪਵੇਗੀ ਬਜਟ ਦਾ ਸਵਾਗਤ ਕਰਦੇ ਆ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਕਿਹਾ ਕਿ ਸਿਹਤ ਖੇਤਰ ਲਈ ਇਸ ਬਜਟ ਵਿੱਚ ਬਹੁਤ ਸਾਰੇ ਉਪਰਾਲੇ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਦੇਸ਼ ਦੇ ਸੇਬੰਦੀ ਖੇਤਰ ਨੂੰ ਇਸ ਬਜਟ ਨਾਲ ਚੰਗਾ ਹੁਲਾਰਾ ਮਿਲੇਗਾ ਕੇਂਦਰੀ ਸੜਕ ਆਵਾਜਾਈ ਤੇ ਕੌਮੀ ਸ਼ਾਮਾਰਕ ਬਾਰੇ ਮੰਤਰੀ ਨਿਤਿੰਗਟ ਗੜੀ ਨੇ ਆਪਣੀ ਇੱਛਾ ਨਾਲ ਪੁਰਾਣੇ ਵਾਹਨਾਂ ਨੂੰ ਸੜਕ ਤੋਂ ਹਟਾਉਣ ਸੰਬੰਧੀ ਲਏ ਗੇ ਫੈਸਲੇ ਦਾ ਸਵਾਗਤ ਕੀਤਾ ਹੈ। ਉਹਨਾਂ ਦੱਸਿਆ ਕਿ ਦੇਸ਼ 'ਚ ਇਸ ਵੇਲੇ 51 ਲੱਖ ਤੋਂ ਵੱਧ ਅਜੀਬ ਵਾਹਨ ਨੇ ਜਿਹੜੇ 20 ਸਾਲ ਤੋਂ ਪੁਰਾਣੇ ਨੇ ਜਦਕਿ 34 ਲੱਖ ਅਜੀਬ ਵਾਹਨ ਨੇ ਜਿਹੜੇ 15 ਸਾਲਾਂ ਤੋਂ ਪੁਰਾਣੇ ਨੇ। ਉਹਨਾਂ ਕਿਹਾ ਕਿ ਪੁਰਾਣੇ ਵਾਹਨ ਨਵੀਆਂ ਗੱਡੀਆਂ ਦੇ ਮੁਕਾਬਲੇ 10 ਗੁਣਾ ਜ਼ਿਆਦਾ ਪ੍ਰਦੂਸ਼ਣ ਫੈਲਾਉਂਦੇ ਨੇ। ਨਵੀਂ ਨੀਤੀ ਦਾ ਮੰਤਵ ਉਸ ਪ੍ਰਦੂਸ਼ਣ ਨੂੰ ਕੰਟਰੋਲ ਕਰਨੇ ਕੇਂਦਰੀ ਮੰਤਰੀ ਨੇ ਐਮਐਸਐਮਈ ਖੇਤਰ ਲਈ ਲਏ ਗ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਅਤੁਲ ਅੰਜਨ ਨੇ ਕਿਹਾ ਕਿ ਬੀਮਾ ਖੇਤਰ ਵਿੱਚ ਸਿੱਧੀ ਵਿਦੇਸ਼ੀ ਪੂੰਜੀ ਕਾਰੀ ਨੂੰ ਵਧਾਉਣ ਨਾਲ ਦੇਸ਼ ਦੇ ਅਰਥਚਾਰੇ ਨੂੰ ਨੁਕਸਾਨ ਪੁੱਜੇਗਾ। ਉਨ੍ਹਾਂ 75 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਇਨਕਮ ਟੈਕਸ ਰਿਟਰਨ ਪਰੰਤੋ ਦਿੱਤੀ ਗਈ ਛੋਟ ਦਾ ਸਵਾਗਤ ਕੀਤਾ ਹੈ। ਵਕੋ ਬکریاں ਸੰਨਤਾ ਤੇ ਵਪਾਰਿਕ ਸੰਗਠਨਾਂ ਨੇ ਬਜਟ ਦਾ ਸਵਾਗਤ ਕੀਤਾ ਹੈ। ਭਾਰਤੀ ਉਦਯੋਗ ਮਹਾਸੰਘ ਦੇ ਚੰਦਰਜੀਤ ਬੈਨਰਜੀ ਨੇ ਇਸ ਬਜਟ ਨੂੰ ਵਿਕਾਸ, ਸਿਹਤ, ਦੇਖਭਾਲ ਤੇ ਰੁਜ਼ਗਾਰ ਦੇ ਮੌਕੇ ਵਧਾਉਣ ਤੇ ਕੇਂਦ੍ਰਿਤ ਇੱਕ ਇਤਿਹਾਸਿਕ ਬਜਟ ਦੱਸਿਆ ਹੈ। ਇਸੇ ਮਹਾਸੰਘ ਦੇ ਉਦੇਸ਼ ਸ਼ੰਕਰ ਨੇ ਬਜਟ ਨੂੰ ਅਰਥਚਾਰੀ ਨੂੰ ਮੂੜ ਸੁਰਜੀਤ ਕਰਨ ਮਹਲਾ ਦੱਸਿਆ ਹੈ ਬਜਰਕੌਰ ਦੇ ਜੀਓਸੀ ਲਫਟੀਨੈਂਟ ਜਨਰਲ ਸੀ ਬੰਸੀ ਮਨੱਪਾ ਨੇ ਸਵਰਨਿਮ ਵਿਜੇਮਸ਼ਾਲਾ ਯਾਤਰਾ ਦਾ ਪੰਜਾਬ ਖੇਤਰ ਚ ਪੁੱਜਣ ਤੇ ਸਵਾਗਤ ਕਰਨ ਮਗਰੋਂ ਇਸ ਨੂੰ ਸੂਬੇ ਦੀ ਯਾਤਰਾ ਲੀਰਵਾਨਾ ਕੀਤਾ ਭਾਰਤ ਦੀ 1971 ਦੀ ਜੰਗ ਦੌਰਾਨ ਪਾਕਿਸਤਾਨ ਖਿਲਾਫ ਦਰਜ ਕੀਤੀ ਗਈ ਜਿੱਤ ਦੀ ਯਾਦਗਾਰ ਬਜੋਂ ਤੇ ਭਾਰਤੀ ਹਥਿਆਰਬੰਦ ਫੌਜਾਂ ਦੀ ਬਹਾਦਰੀ ਨੂੰ ਸਤਿਕਾਰ ਦੇਣ ਲਈ ਕੱਢੀ ਗਈ ਸਵਰਨਿਮ ਵਿਜੇਮਸ਼ਾਲਾ ਯਾਤਰਾ ਦਿੱਲੀ ਤੋਂ ਸ਼ੁਰੂ ਹੋਈ ਸੀ ਸਮਾਗਮ ਦੌਰਾਨ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਆਪਣਾ ਵੱਡਮੁੱਲਾ ਯੋਗਦਾਨ ਦੇਣ ਵਾਲੇ ਸਾਬਕਾ ਫੌਜੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਬ੍ਰਿਗੇਡੀਅਰ ਜੋਗਿੰਦਰ ਸਿੰਘ ਜਸਬਾਲ ਅਤੇ ਸੂਬੇਦਾਰ ਅਜਮੇਰ ਸਿੰਘ ਸਮੇਤ ਹੋਰਨਾਂ ਨੂੰ ਪਛਮੀ ਮੋਰਚੇ ਤੇ ਪੈਂਦੇ ਅੰਮ੍ਰਿਤਸਰ ਸੈਕਟਰ ਵਿੱਚ 1971 ਦੀ ਜੰਗ ਦੌਰਾਨ ਚਲਾਕ ਯੋਗ ਪ੍ਰਦਰਸ਼ਨ ਕਰਨ ਲਈ ਬਹਾਦਰੀ ਪੁਰਸਕਾਰ ਨਾਲ ਨਲਬੀ ਨਵਾਜ਼ਿਆ ਗਿਆ ਸੀ ਇਸ ਦੌਰਾਨ ਸਾਬਕਾ ਫੌਜੀਆਂ ਨੇ ਜੰਗ ਦੇ ਮੋਰਚੇ ਬਾਰੇ ਆਪਣੇ ਤਜਰਬੇ ਸਾਰਿਆਂ ਨਾਲ ਸਾਂਝੇ ਕੀਤੇ ਸਮਾਗਮ ਦੌਰਾਨ ਜੰਗੀ ਸ਼ਹੀਦਾਂ ਤੇ ਸਾਬਕਾ ਫੌਜੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਸਵਰਨਿਮ ਵਿਜੇਮਸ਼ਾਲਾ ਯਾਤਰਾ ਇਸ ਮੁਜੇ ਪੰਜਾਬ ਚ ਫੌਜੀਆਂ ਨੂੰ ਹੱਲਾਸ਼ੀਰੀ ਦੇਣ ਦੀ ਸੋਚ ਨਾਲ ਯਾਤਰਾ ਕਰੇਗੀ ਇਸ ਦੌਰਾਨ 1971 ਦੀ ਲੜਾਈ ਦੇ ਮੈਦਾਨ ਤੋਂ ਅਤੇ ਸ਼ਹੀਦਾਂ ਦੇ ਪਿੰਡਾਂ ਤੋਂ ਮਿੱਟੀ ਵੀ ਇਕੱਠੀ ਕੀਤੀ ਜਾਵੇਗੀ ਜਿਸ ਨੂੰ ਇਕੱਠਿਆਂ ਕਰਕੇ ਕੌਮੀ ਜੰਗੀ ਯਾਦਗਾਰ ਤੇ ਲਿਜਾਇਆ ਜਾਪੇਗਾ ਇਸ ਯਾਤਰਾ ਦਾ ਮਕਸਦ ਦੇਸ਼ ਦੇ ਬਹਾਦਰ ਫੌਜੀਆਂ ਚ ਜਿੱਥੇ ਦੇਸ਼ ਭਗਤੀ ਦੀ ਪਾਵਨਾ ਨੂੰ ਹੱਲਾਸ਼ੇਰੀ ਦੇਣਾ ਹੈ ਉਥੇ ਨੌਜਵਾਨ ਪੀੜੀ ਨੂੰ ਆਪਣੇ ਦੇਸ਼ ਦੇ ਅਸਲੀ ਬਹਾਦਰਾਂ ਤੇ ਨਾਇਕਾਂ ਬਾਰੇ ਜ਼ਮੀਨੀ ਪੱਧਰ ਤੇ ਜਾਣਕਾਰੀ ਮੁਹਿਆਰ ਕਰਵਾਉਣਾ ਵੀ ਹੈ ਰਾਸ਼ਟਰਪਤੀ ਪਵੰਚ ਸ਼ਨੀਵਾਰ ਤੋਂ ਆਮ ਲੋਕਾਂ ਦੀ ਆਵਾਜਾਈ ਫਿਰ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ ਕੋਵਿਡ-19 ਦੇ ਚੱਲਦਿਆਂ ਪਿਛਲੇ ਸਾਲ 13 ਮਾਰਚ ਤੋਂ ਇਥੋਂ ਆਮ ਲੋਕਾਂ ਦੇ ਦਾਖਲੇ ਤੇ ਰੁਕ ਲਗਾ ਦਿੱਤੀ ਗਈ ਸੀ ਸਰਕਾਰੀ ਛੁੱਟੀ ਤੋਂ ਇਲਾਵਾ ਸ਼ਨੀਵਾਰ ਅਤੇ ਐਤਵਾਰ ਨੂੰ ਆਮ ਲੋਕਾਂ ਦੇ ਦਾਖਲੇ ਲਈ ਖੁੱਲ੍ਹਾ ਰਹੇਗਾ ਪਹਿਲਾਂ ਦੀ ਤਰ੍ਹਾਂ ਹੀ ਰਜਿਸਟ੍ਰੇਸ਼ਨ ਫੀਸ ਹਰੇਕ ਆਉਣ ਵਾਲੇ ਲਈ 50 ਰੁਪਏ ਹੀ ਰਹੇਗੀ ਸੁਰੱਖਿਅਤ ਸਮਾਜਿਕ ਦੂਰੀ ਬਣਾਈ ਰੱਖਣ ਦੇ ਮੰਤਵ ਨਾਲ ਇੱਕ ਵੇਲੇ ਚ ਵੱਧ ਤੋਂ ਵੱਧ 25 ਵਿਅਕਤੀਆਂ ਨੂੰ ਹੀ ਰਾਸ਼ਟਰਪਤੀ ਪਵੰਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ ਇਸ ਦੇ ਲਈ ਸਵੇਰੀ ਸਾਢੇ 10 ਵਜੇ ਸਾਢੇ 12 ਅਤੇ ਦੁਪਹਿਰ 1:30 ਵਜੇ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ ਰਾਸ਼ਟਰਪਤੀ ਪਮਨ ਦੇਖਣ ਦੇ ਚੁੱਕ ਆਪਣੀ ਰਜਿਸਟ੍ਰੇਸ਼ਨ ਆਨਲਾਈਨ ਬੁਕਿੰਗ ਵੀ ਕਰਵਾ ਸਕਦੇ ਨੇ ਰਾਸ਼ਟਰਪਤੀ ਪਮਨ ਚ ਦਾਖਲੇ ਲਈ 마ਸਕ ਦੀ ਵਰਤੋਂ ਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਵਰਗੇ ਕੋਵਿਡ ਨਿਯਮਾਂ ਦੀ ਪਾਲਣਾ ਲਾਜ਼ਮੀ ਕੀਤੀ ਗਈ ਹੈ ਦੇਸ਼ਿਕ ਕਰੋਨਾ ਮਹਾਮਾਰੀ ਦੇ ਖਿਲਾਫ ਟੀਕਾ ਕਰਨ ਦਾ ਕੰਮ ਪੜਾਅਵਾਰ ਢੰਗ ਨਾਲ ਜਾਰੀ ਹੈ ਹੁਣ ਤੱਕ 3758848 ਲਾਪਤਿਆਂ ਦਾ ਟੀਕਾਕਰਨ ਮੁਕੰਮਲ ਕੀਤਾ ਜਾ ਚੁੱਕਾ ਹੈ ਇਸ ਟੀਕਾ ਕਰਨ ਲਈ ਦੇਸ਼ ਭਰ ਚੋਂ 69215 ਸੈਸ਼ਨ ਕਰਵਾਏ ਜਾ ਚੁੱਕੇ ਨੇ ਪੰਜਾਬ ਚ ਪਿਛਲੇ 24 ਘੰਟਿਆਂ ਦੌਰਾਨ 1848 ਸੇਧ ਕਾਮਿਆਂ ਦਾ ਟੀਕਾਕਰਨ ਮੁਕੰਮਲ ਹੋਇਆ ਹੈ ਹੁਣ ਤੱਕ ਪੰਜਾਬ ਚ 58281 ਸੇਧ ਕਾਮਿਆਂ ਨੂੰ ਟੀਕੇ ਲਗਾਏ ਜਾ ਚੁੱਕੇ ਨੇ ਦੇਸ਼ ਚ ਕਰੋਨਾ ਮਹਾਮਾਰੀ ਤੋਂ ਸੇਧ ਜਾਂ ਬਹੁਣ ਵਾਲਿਆਂ ਦੀ ਦਰ 95% ਤੇ ਪਹੁੰਚ ਗਈ ਹੈ ਕੋ ਮੰਤਰੀ ਪੱਧਰ ਤੇ Recovery. ਦਰ ਸਭ ਤੋਂ ਵੱਧ ਦੇਸ਼ ਚ ਐਕਟਿਵ ਮਾਮਲਿਆਂ ਦੀ ਗਿਣਤੀ ਪਰ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਚੋਂ 1.56% ਰਹਿ ਗਈ ਹੈ ਰਿਕਵਰੀ ਦੇ ਮਾਮਲਿਆਂ ਤੇ ਮੌਜੂਦਾ ਐਕਟਿਵ ਕੇਸਾਂ ਵਿੱਚ ਲਾਪੜ ਵਧ ਕੇ 1 ਕਰੋੜ 2 ਲੱਖ 68748 ਹੋ ਗਏ ਦੇਸ਼ ਚ ਕਰੋਨਾ ਦੇ ਐਕਟਿਵ ਮਾਮਲਿਆਂ ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਪਿਛਲੇ ਸਾਲ 11 ਸਤੰਬਰ ਨੂੰ ਇਹ ਮਾਮਲੇ 96 ਲੱਖ 551 ਤੱਕ ਪਹੁੰਚ ਗਏ ਸਨ ਜਿਹੜੇ ਪਹਿਲੀ ਫਰਵਰੀ ਨੂੰ ਸਿਰਫ 11427 ਦਰਜ ਕੀਤੇ ਗਏ ਨੇ ਪੰਜਾਬ ਚ ਐਕਟਿਵ ਕੇਸਾਂ ਦੀ ਗਿਣਤੀ 2111 ਕਿ ਇਹ 2020 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ ਕਰੋਨਾ ਨਾਲ ਸਿਰਫ ਇੱਕ ਮੌਤ ਦਰਜ ਕੀਤੀ ਗਈ ਹੈ ਪਿਛਲੇ 24 ਘੰਟਿਆਂ ਦੌਰਾਨ ਸੂਬੇ ਵਿੱਚ ਕਰੋਨਾ ਦੇ 197 ਨਵੇਂ ਮਾਮਲੇ ਸਾਹਮਣੇ ਆਏ ਨੇ ਪੰਜਾਬ ਚ ਕਰੋਨਾ ਨਾਲ ਮਣ ਵਾਲਿਆਂ ਦੀ ਕੁੱਲ ਗਿਣਤੀ 5616 ਹੋ ਗਈ ਹੈ ਮੋਹਾਲੀ ਚ ਕਰੋਨਾ ਦੇ 551 ਐਕਟਿਵ ਮਾਮਲੇ ਨੇ ਲੁਧਿਆਣਾ ਚ 345 ਜਲੰਧਰ ਵਿੱਚ 202 ਪਟਿਆਲਾ ਵਿੱਚ 144 ਅੰਮ੍ਰਿਤਸਰ ਵਿੱਚ 126 ਪਟੰਡਾ ਚ 119 ਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ 100 ਕਰੋਨਾ ਮਰੀਜ਼ ਜਿਹੜੇ ਇਲਾਜ ਨੇ ਤੇਜ ਦੇ ਨਾਲ ਹੀ ਖਬਰਾਂ ਦੇ ਬੁਲੇਟਿਨ ਖਤਮ ਹੋਏ ਨਮਸਕਾਰ